ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਪਹੁੰਚੇ ਹਾਂ ਲੁਧਿਆਣਾ ਵਿਖੇ ਪਲਾਰਾ ਹਾਊਸ ਦੇ ਵਿੱਚ। ਅਤੇ ਅੱਜ ਦੇ ਆਪਣੇ ਗੈਸਟ ਹੋਣਗੇ ਮਿਸਿਜ ਰਜਿੰਦਰ ਕੌਰ ਬਲਾਰਾ, ਜੋ ਕਿ ਐਕਸ ਮੈਂਬਰ ਆਫ ਪਾਰਲੀਮੈਂਟ ਨੇ ਅਤੇ ਉਹਨਾਂ ਦਾ ਪਿਛੋਕੜ ਪਿੰਡ ਰਾਜਾ ਜੰਗ ਦਾ ਹੈ। ਆਓ ਆਪਾਂ ਕਰਦੇ ਹਾਂ ਮਿਸਿਜ ਰਜਿੰਦਰ ਕੌਰ ਜੀ ਦੇ ਨਾਲ ਗੱਲਬਾਤ ਅਤੇ ਉਹਨਾਂ ਤੋਂ ਜਾਣਦੇ ਹਾਂ ਕਿ ਪਾਰਟੀਸ਼ਨ ਦਾ ਦੌਰ ਜੋ ਉਹਨਾਂ ਨੇ ਦੇਖਿਆ ਉਹ ਕਿਸ ਤਰ੍ਹਾਂ ਦਾ ਸੀ। ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ ਆਂਟੀ ਜੀ, ਪਹਿਲਾਂ ਤਾਂ ਨਾਮ ਦੱਸੋ ਆਪਣਾ। ਜੀ, ਮੇਰਾ ਨਾਮ ਰਜਿੰਦਰ ਕੌਰ ਬਲਾਰਾ, ਐਕਸ ਮੈਂਬਰ ਪਾਰਲੀਮੈਂਟ ਆਫ ਲੁਧਿਆਣਾ। ਓਕੇ ਆਂਟੀ ਜੀ, ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਜਿਹੜੀ 47 ਦੀ ਪਾਰਟੀਸ਼ਨ ਹੋਈ ਵੰਡ ਦੇ ਬਾਰੇ। ਜੀ ਆਂਟੀ ਜੀ, ਤੁਹਾਡਾ ਪਿਛਲਾ ਪਿੰਡ ਕਿਹੜਾ ਸੀ? ਮੇਰਾ ਪਿਛਲਾ ਪਿੰਡ ਰਾਜਾ ਜੰਗ ਸੀਗਾ, ਤਹਿਸੀਲ ਕਸੂਰ, ਡਿਸਟ੍ਰਿਕਟ ਲਾਹੌਰ। ਓਕੇ, ਜਦੋਂ ਆਂਟੀ ਇਹ ਵੰਡ ਹੁੰਦੀ ਆ ਤੁਹਾਡੀ ਉਦੋਂ ਉਮਰ ਕਿੰਨੀ ਸੀ? ਮੇਰੀ ਉਮਰ 5 ਸਾਲ ਸੀਗੀ। 5 ਸਾਲ? ਤੇ ਤੁਹਾਨੂੰ ਆਪਣੇ ਪਿੰਡ ਦੇ ਬਾਰੇ ਕੁਛ ਯਾਦ ਆ? ਮੈਨੂੰ ਸਭ ਕੁਛ ਯਾਦ ਹੈ, ਸਾਰਾ ਕੁਛ, ਜਿੱਥੇ ਜਿੱਥੇ ਸਾਡੇ ਘਰ ਸੀਗੇ, ਖੇਤਾਂ ਵਾਲੇ ਘਰ ਵੀ, ਅੰਦਰ ਵਾਲੇ ਘਰ, ਰਾਜਾ ਜੰਗ ਸ਼ਹਿਰ ਵਾਲੇ ਵੀ ਸਾਰੇ। ਠੀਕ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਥੋੜ੍ਹਾ ਜਿਹਾ ਇਹ ਜਾਣਕਾਰੀ ਦਿਓ ਕਿ ਰਾਜਾ ਜੰਗ ਦਾ ਜਿਹੜਾ ਨਾਮ ਰਾਜਾ ਜੰਗ ਪਿਆ, ਤੁਹਾਨੂੰ ਇਹਦੇ ਬਾਰੇ ਕੁਛ ਜਾਣਕਾਰੀ ਹੈ? ਹਾਂ, ਇਹਦੇ ਬਾਰੇ ਇੰਨਾ ਕਿ ਸੁਣਿਆ ਕਿ ਜਿਹੜਾ ਇੱਕ ਰਾਜਾ ਸੀ, ਰਾਜਾ ਮਤਲਬ ਨਾਂ ਸੀ ਉਹਦਾ। ਠੀਕ ਹੈ। ਰਾਜਾ ਅਤੇ ਇਹ ਉਹਦਾ ਭਰਾ, ਉਹਦਾ ਨਾਂ ਪਤਾ ਨਹੀਂ ਕੀ ਸੀ, ਇਹ ਦੋਵੇਂ ਆਪਸ ਵਿੱਚ ਇਹਨਾਂ ਨੇ ਜੰਗ ਕੀਤੀ। ਜਿਹੜਾ ਇਹਨਾਂ ਦਾ ਸੀ ਉਹਦਾ ਭਤੀਜਾ, ਉਹ ਰਾਜੇ ਦੇ ਨਾਲ ਹੋ ਗਿਆ। ਠੀਕ ਹੈ। ਤਾਂ ਫਿਰ ਉੱਥੋਂ ਹੋ ਗਿਆ ਵੀ ਰਾਜਾ ਜੰਗ ਜਿੱਤ ਕੇ ਇਹਨਾਂ ਨੇ ਇਹ ਪਿੰਡ ਬੰਨਿਆ ਸੀ, ਰਾਜੇ ਨੇ, ਸਾਡੇ ਵੱਡ ਵਡੇਰੇ ਨੇ। ਜਿਹੜਾ ਇਹਦਾ ਭਰਾ ਸੀ ਸ਼ਾਇਦ ਢੋਲਾ ਤਾਂ ਨਹੀਂ ਸੀ ਨਾਮ? ਹਾਂ, ਢੋਲਾ, ਰਾਜਾ ਤੇ ਢੋਲਾ, ਢੋਲਾ ਰਾਜਾ, ਰਾਜਾ ਸਾਡਾ ਵੱਡ ਵਡੇਰਾ। ਠੀਕ ਹੈ। ਜਿਹੜਾ ਰਾਜੇ ਢੋਲੇ ਦਾ ਬੇਟਾ ਸੀ ਉਹ ਵੀ ਇਹਨਾਂ ਦੇ ਨਾਲ, ਰਾਜੇ ਦੇ ਨਾਲ ਰਲ ਗਿਆ। ਠੀਕ ਹੈ। ਫਿਰ ਇਹਨਾਂ ਦੀ ਆਪਸ ਦੇ ਵਿੱਚ ਜੰਗ ਕੀਤੀ, ਜੰਗ ਕਰਕੇ ਤੇ ਫਿਰ ਉਹ ਇਹ ਜਿੱਤਿਆ, ਰਾਜਾ ਜੰਗ ਜਿਹੜਾ ਬਣਿਆ ਜਿੱਥੇ। ਠੀਕ ਹੈ। ਇਹ ਰਾਜਾ ਜੰਗ ਆਂਟੀ ਕਿੱਡਾ ਕੁ ਪਿੰਡ ਸੀ? ਬਹੁਤ ਵੱਡਾ ਬੇਟੇ, ਇਹਦੀਆਂ 14 ਪੱਤੀਆਂ ਸੀ। ਠੀਕ ਹੈ। ਪੱਤੀਆਂ ਦੇ ਨਾਮ ਤੁਹਾਨੂੰ ਯਾਦ ਨੇ ਕੁਛ? ਮੈਨੂੰ ਹਾਂ, ਮੈਂ ਲਿਖੇ ਸੀਗੇ 5-6 ਤਾਂ ਉੱਥੇ ਰਹਿ ਗਏ ਕਿ ਦਰਗਾਹ, ਧਰਮਾ, ਰੂਪੇ ਕੇ ਅਤੇ ਢੋਲੇ ਕੀ ਪੱਤੀ, ਵਿੱਗੇ ਕੀ ਪੱਤੀ। ਠੀਕ ਹੈ। ਅਤੇ ਇਸ ਤਰ੍ਹਾਂ ਕਰਕੇ 14 ਪੱਤੀਆਂ ਸੀਗੀਆਂ, ਬਾਕੀਆਂ ਦੇ ਨਾਮ ਮੈਨੂੰ। ਤੁਹਾਡੀ ਕਿਹੜੀ ਆਂਟੀ ਜੀ ਪੱਤੀ ਸੀ ਉੱਥੇ? ਸਾਡੀ ਰੂਪੇ ਕੀ ਪੱਤੀ ਸੀ। ਰੂਪੇ ਕੀ ਪੱਤੀ ਸੀ? ਹਾਂਜੀ। ਠੀਕ ਹੈ। ਪਿੰਡ ਦੇ ਵਿੱਚ ਉਸ ਸਮੇਂ ਗੁਰਦੁਆਰਾ ਸਾਹਿਬ ਜਾਂ ਸਕੂਲ ਵਗੈਰਾ ਸੀ? ਹਾਂ, ਸਕੂਲ ਸੀ, ਮੇਰੇ ਦਾਦਾ ਜੀ ਨੇ ਲੜਕਿਆਂ ਦਾ ਸਕੂਲ ਤਾਂ ਸੀ, ਲੜਕੀਆਂ ਦਾ ਵੀ ਖੁਦ ਬਣਾਇਆ। ਠੀਕ ਹੈ। ਆਪਣੇ ਘਰੋਂ ਤਨਖਾਹਾਂ ਦੇ ਕੇ, ਇੱਕ ਬੀਬੀ ਬਾਗਾ ਹੁੰਦੀ ਸੀ ਉਹਦਾ ਨਾਂ। ਅੱਛਾ ਜੀ। ਹਾਂ, ਉਹ ਰੱਖੀ, ਟੀਚਰ, ਟੀਚਰ ਸੀ। ਹਾਂ, ਫਿਰ ਹੌਲੀ ਹੌਲੀ ਉਹਨਾਂ ਨੇ ਬੋਆਇਜ਼ ਦੇ ਸਕੂਲ ਦੇ ਵਿੱਚ ਇੰਗਲਿਸ਼ ਵੀ ਲਵਾਈ। ਪਿੰਡ ਦੀ ਤਾਂ ਐਡਾ ਵੱਡਾ ਸੀ ਵੀ ਇਹ ਗੱਲ ਸੁਣਾਉਂਦੇ ਨੇ ਵੀ ਕਿਸੇ ਦਾ ਬਲਦ ਗਵਾਚ ਗਿਆ ਸੀ, ਇੱਕ ਸਾਲ ਉਹ ਕਿਸੇ ਦੂਜੀ ਪੱਤੀ ਚ ਵਗਦਾ ਰਿਹਾ, ਇੱਕ ਸਾਲ ਬਾਅਦ ਪਤਾ ਲੱਗਿਆ ਵੀ ਹਾਂ ਫਲਾਣੇ ਦੇ ਘਰੇ ਬਲਦ ਹੈ ਸਾਡਾ, ਉਸੇ ਪਿੰਡ ਦਾ, ਉੱਥੇ ਹੀ ਵਗਦਾ ਰਿਹਾ ਤੇ ਪਤਾ ਹੀ ਨਹੀਂ ਸੀ ਲੱਗਿਆ ਵੀ ਐਡੀਆਂ ਵੱਡੀਆਂ ਪੱਤੀਆਂ ਸੀ, ਐਡਾ ਵੱਡਾ ਪਿੰਡ ਸੀਗਾ। ਠੀਕ ਹੈ। ਤੇ ਇਹਦੇ ਆਂਟੀ ਜੀ ਆਸੇ ਪਾਸੇ ਹੋਰ ਕਿਹੜੇ ਕਿਹੜੇ ਪਿੰਡ ਸੀ? ਹੋਰ ਪਿੰਡ ਤਾਂ ਆਹੀ ਸੀਗੇ, ਜਿਵੇਂ ਆ ਜਾਂਦਾ ਇੱਕ ਦਫਥੂ ਸੀਗਾ। ਠੀਕ ਹੈ। ਹਾਂ, ਫਿਰ ਬੁੱਲੇ ਸ਼ਾਹ ਬਾਬੇ ਦਾ ਪਿੰਡ ਪਾਂਡੋ ਕੇ। ਹਾਂਜੀ। ਹਾਂ, ਇੱਦਾਂ ਕਰਕੇ ਫਿਰ ਸਾਡੀ ਜਿਵੇਂ ਸੀ ਉਤਲੀ ਵੇਲੀ, ਸਾਡੇ ਘਰ ਚ ਜਿੱਥੇ ਜ਼ਮੀਨ ਸੀ ਉਹਦੇ ਆਲੇ ਦੁਆਲੇ ਉਤਲੀ ਵੇਲੀ ਸੀਗੀ, ਫਿਰ ਤਖਾਣਾ ਦੀ ਵੇਲੀ, ਏਦਾਂ ਕਰਕੇ ਸੀ। ਚੱਕ ਖੁਰਪਾ ਜਿਹੜਾ ਸਾਡਾ ਸ਼ਰੀਕਾ ਕਬੀਲਾ ਸੀਗਾ, ਉਹ ਸਾਰਾ ਚੱਕ ਖੁਰਪੇ ਚ ਉਹਦਾ ਨਾਂ ਰੱਖਿਆ ਸੀ ਜਿੱਥੇ ਜ਼ਮੀਨ ਅਲੋਟ ਸੀਗੀ। ਅੱਛਾ। ਜਿਹੜੀ ਇਹ ਸਾਡੀ ਜ਼ਮੀਨ ਸੀ ਇਹ ਰਾਜੇ ਜੰਗ ਦਾ ਰਕਬਾ ਸੀ, ਰਕਬਾ ਚੱਕ ਖੁਰਪੇ ਵਾਲਾ ਵੀ ਰਾਜੇ ਜੰਗ ਦਾ ਹੀ ਸੀ, ਪਰ ਉਹ ਛੋਟਾ ਜਿਹਾ ਪਿੰਡ ਇੱਕ ਬਣਾ ਲਿਆ ਚੱਕ ਖੁਰਪਾ, ਉਹ ਪਿੰਡ ਵੱਖਰਾ ਬਣਾ ਲਿਆ, ਉਹ ਵੱਖਰਾ ਬਣ ਗਿਆ। ਓਕੇ ਓਕੇ। ਤੇ ਆਂਟੀ ਥੋੜਾ ਜਿਹਾ ਤੁਸੀਂ ਆਪਦੇ ਪਰਿਵਾਰ ਦੇ ਪਿਛੋਕੜ ਬਾਰੇ ਦੱਸੋ, ਜਿਹੜਾ ਰਾਜੇ ਜੰਗ ਦਾ ਪਰਿਵਾਰ ਸੀ ਆਪਣਾ। ਮੇਰੇ ਦਾਦਾ ਜੀ ਦਾ ਨਾਂ ਸਰਦਾਰ ਬਹਾਲ ਸਿੰਘ ਸੀ, ਜ਼ੈਲਦਾਰ ਸਰਦਾਰ ਬਹਾਲ ਸਿੰਘ, ਆਨਰੇਰੀ ਮੈਜਿਸਟਰੇਟ। ਠੀਕ ਹੈ ਜੀ। ਹਾਂਜੀ। ਅਤੇ ਜਿਵੇਂ ਉਹਨਾਂ ਨੂੰ 6 ਮਹੀਨਿਆਂ ਦਾ ਸਜ਼ਾ ਦੇਣ ਦੀ ਅਤੇ ਛੱਡਣ ਦੀ ਉਹਨਾਂ ਨੂੰ ਸੀਗੀ, ਉਹਨਾਂ ਦੀ ਪੋਜੀਸ਼ਨ ਪਾਵਰ ਸੀਗੀ। ਓਕੇ। ਅਤੇ
उस तो बाद मेरे सी ओ सरदार साहब इन्हों के बहाल सिंह सी इन्हों का नाम ते तीन इन्हों के लड़के सी। अच्छा जी। एक का नाम सरदार साहब सिंह, एक का नाम सरदार हरसा सिंह, एक का सरदार अनूप सिंह। ठीक है। मेरे फादर का नाम सरदार हरसा सिंह सीगा। ओके जी। ठीक है। ते अंडी जदों ये वंड हुंदी है उदों दी तुहानू संभाला है? हाँ बेटा पूरी संभाला है। असी जिहड़ा साडे खेत मैं तुहानू फोटोआं दिखाईआं ने, हाँ जी, इत्थे ही रहिंदे सी ना। फिर जिहड़ा असी ते चक खुरपे वाले सारे लोग गड्डा ते समान लद के उत्थे आ गए। ਜਿਹੜਾ ਵੱਡਾ ਘਰ ਹੈ ਸਾਡਾ ਜਿਹਦੇ 35 ਕਮਰੇ ਨੇ। ਠੀਕ ਹੈ। ਜਿਹੜਾ ਪਿੰਡ ਦੇ ਵਿੱਚ ਸੀ, ਪਿੰਡ ਦੇ ਵਿੱਚ ਜਿਹਦੀ ਮੈਂ ਤੁਹਾਨੂੰ ਫੋਟੋ ਦਿਖਾਈ ਤੀਜੀ ਮੰਜ਼ਿਲ ਦੀ ਜੀ, ਹਾਂ, ਉੱਥੇ ਆ ਗਏ ਸਾਰਾ ਸਮਾਨ ਚੱਕ ਰੁਪਏ ਵਾਲਿਆਂ ਨੇ, ਸਾਡਾ ਵੀ ਉੱਥੇ ਹੀ ਸੀਗਾ। ਫਿਰ ਜਦ ਉਹ ਕਹਿ ਦਿੱਤਾ ਵੀ ਜਿਹੜੇ ਅੱਛੇ ਮੁਸਲਮਾਨ ਸੀਗੇ ਕਹਿੰਦੇ ਵੀ ਤੁਹਾਡਾ ਹੁਣ ਇੱਥੇ ਗੁਜ਼ਾਰਾ ਨਹੀਂ, ਤੁਸੀਂ ਚਲੇ ਜਾਓ। ਤਾਂ ਫਿਰ ਮੈਨੂੰ ਉਹ ਵੀ ਯਾਦ ਹੈ ਜਦ ਟ੍ਰੇਨ 'ਤੇ ਰਾਜਾ ਜੰਗ ਦੇ ਵਿੱਚ ਸਟੇਸ਼ਨ ਹੈ, ਰੇਲਵੇ ਸਟੇਸ਼ਨ, ਫਿਰ ਅਸੀਂ ਉੱਥੋਂ ਆਏ। ਕੁਛ ਸਮਾਨ ਤਾਂ ਨਹੀਂ ਲਿਆ ਮਾੜਾ ਮੋਟਾ, ਜਿਹਦੇ ਕੋਲ ਕੋਈ ਗਹਿਣੇ ਗੁਣੇ ਸੀ ਉਹੀ ਚੁੱਕੇ, ਕੋਈ ਕੱਪੜਾ ਨਹੀਂ, ਰੀੜਾ ਨਹੀਂ, ਉੱਦਾਂ ਹੀ। ਠੀਕ ਹੈ। ਉਸ ਟ੍ਰੇਨ ਦੇ ਉੱਤੇ ਚੜੇ, ਮੈਨੂੰ ਅੱਜ ਵੀ ਉਹ ਟ੍ਰੇਨ ਦਿਖਦੀ ਹੈ। ਫਿਰ ਉਹ ਵਿਚਾਰਿਆਂ ਨੇ ਜਿਹੜੇ ਵੈਲ ਵਿਸ਼ੇ ਸੀਗੇ ਇਹ ਮੁਸਲਮਾਨ, ਉਹਨਾਂ ਨੇ ਆਪਣਾ ਪੌੜੀਆਂ ਲਿਆਂਦੀਆਂ ਹੋਈਆਂ, ਪੌੜੀ ਲਿਆ ਕੇ ਉੱਪਰ ਚੜਾਏ ਟ੍ਰੇਨ 'ਤੇ, ਟ੍ਰੇਨ ਦੇ ਉੱਪਰ ਚੜਾਇਆ। ਹਾਂ। ਅਤੇ ਜਦੋਂ ਅਸੀਂ ਆ ਗਏ ਇਸ ਟ੍ਰੇਨ 'ਤੇ, ਸਾਰਾ ਸਾਡਾ ਟੱਬਰ ਆ ਗਿਆ, ਚੱਕ ਖੁਰਪੇ ਵਾਲੇ ਵੀ ਸਾਰੇ ਜਣੇ ਆ ਗਏ, ਅਤੇ ਉਸ ਤੋਂ ਪਿੱਛੋਂ ਇੱਕ ਹੋਰ ਟ੍ਰੇਨ ਆਈ। ਅੱਛਾ। ਜਿਹਨੇ ਇਸ ਮੈਂ ਪੜ੍ਹਿਆ ਉਹਦਾ ਨੇ ਕਿ ਵੀ ਉਹਦਾ ਟੱਬਰ ਇੱਧਰ ਕਿਸੇ ਨੇ ਮਾਰਤਾ ਸੀ। ਅੱਛਾ। ਉਹਨੇ ਸਾਰੇ ਪੁਲਿਸ ਵਾਲੇ ਨਾਲ ਲਾ ਕੇ ਉਹ ਸਾਰੀ ਟ੍ਰੇਨ ਰੁੱਖਾਂ ਵਾਲੇ ਸਟੇਸ਼ਨ 'ਤੇ ਵੱਢ ਤੀ। ਅੱਛਾ ਜੀ। ਹਾਂ ਜੀ। ਕਸੂਰ ਤੋਂ ਪਹਿਲਾਂ ਆਉਂਦਾ ਰੁੱਖਾਂ ਵਾਲਾ ਆਉਂਦਾ, ਹਾਂ, ਫਿਰ ਕਸੂਰ ਆ ਜਾਂਦਾ, ਫਿਰ ਅੱਗੋਂ ਫਿਰੋਜ਼ਪੁਰ ਆ ਜਾਂਦਾ। ਹਾਂ, ਇੱਦਾਂ ਹੋਇਆ। ਅਸੀਂ ਤਾਂ ਰਾਜੀ ਰੋਨੀ ਅਸੀਂ ਪਹੁੰਚ ਗਏ। ਅੱਛਾ। ਅਸੀਂ ਸਭ ਪਹਿਲਾਂ ਆ ਕੇ ਪਹੁੰਚੇ ਅਸੀਂ ਫਿਰੋਜ਼ਪੁਰ ਅਤੇ ਫਿਰ ਬਠਿੰਡੇ। ਠੀਕ ਹੈ। ਅਤੇ ਬਠਿੰਡੇ ਤੋਂ ਫਿਰ ਅਸੀਂ ਚਲੇ ਗਏ ਸੱਤ ਓ ਵਿੱਚ ਰਾਜਸਥਾਨ 'ਚ। ਰਾਜਸਥਾਨ ਚਲੇ। ਹਾਂ, ਉਸ ਮੇਰੀ ਭੂਆ ਜੀ ਦੇ ਮੁਰੱਬੇ ਸੀ ਉੱਥੇ, ਅਤੇ ਸਾਰਾ ਹੀ ਜਿੰਨਾ ਸਾਡਾ ਕਬੀਲਾ ਸੀ ਚੱਕ ਖੁਰਪੇ ਵਾਲੇ ਵੀ ਅਸੀਂ ਸਭ ਉੱਥੇ ਰਹੇ ਇੱਕ ਮਹੀਨਾ। ਇੱਕ ਮਹੀਨਾ ਰਹੇ। ਹਾਂ, ਉੱਥੇ ਰਹਿ ਕੇ ਫਿਰ ਸਾਰੇ ਸਾਡੀ ਉਹ ਭੂਆ ਜੀ ਦੀ ਜਿਹੜੀ ਸੀ ਸੱਸ ਬਹੁਤ ਚੰਗੇ ਸੀਗੇ, ਅਤੇ ਉੱਥੇ ਸਭ ਨੂੰ ਇੱਕ ਮਹੀਨਾ ਰੱਖਿਆ ਘਰਦਿਆਂ ਵੱਖੋਂ। ਜਦੋਂ ਫਿਰ ਸਾਨੂੰ ਜ਼ਮੀਨ ਅਲਾਟ ਹੋ ਗਈ ਇੱਥੇ, ਕੀ ਨਾਂ ਸੀ ਲੈ ਹੁਣ ਭੁੱਲ ਗਈ, ਫਿਰੋਜ਼ਪੁਰ ਦੇ ਨੇੜੇ ਸੀ, ਖਾਈ ਦੇ ਨੇੜੇ। ਠੀਕ ਹੈ। ਪੀਰ ਕੇ ਖਾਨਗੜ੍ਹ। ਪੀਰ ਕੇ ਖਾਨਗੜ੍ਹ। ਠੀਕ ਹੈ। ਮੈਂ ਉਹਦੇ ਵਿੱਚ ਲਿਖਿਆ, ਹਾਂ, ਡਾਇਰੀ ਦੇ ਵਿੱਚ ਤੁਹਾਡੇ ਲਿਖਿਆ। ਫਲੱਡ ਆ ਗਿਆ ਅਤੇ ਫਿਰ ਅਸੀਂ ਉੱਥੋਂ ਚੁੱਕਿਆ ਸਮਾਨ ਮਾੜਾ ਮੋਟਾ ਸਿਰਾਂ 'ਤੇ ਗਠੜੀਆਂ, ਅਤੇ ਉਹ ਇੱਕ ਨਹਿਰ ਹੁੰਦੀ ਸੀ ਰਾਜਸਥਾਨ ਵਾਲੀ, ਉੱਥੇ ਕੰਢੇ 'ਤੇ ਜਾ ਕੇ ਬਹਿ ਕੇ ਵੀ ਰੋਟੀ ਰਾਟੀ ਬਣਾਈ ਕਰਦੇ ਹਾਂ। ਅੱਛਾ। ਹਾਂ। ਅਤੇ ਫਿਰ ਉੱਥੇ ਕਿੰਨਾ ਚਿਰ ਰਹੇ ਤੁਸੀਂ ਪੀਰ ਕੇ? ਪੀਰ ਕੇ ਫਿਰ ਅਸੀਂ ਇੱਕ ਸਾਲ ਹੀ ਮਸਾ ਰਹੇ ਹਾਂ ਮੇਰਾ ਖਿਆਲ। ਠੀਕ ਹੈ। ਉੱਥੇ ਕਮਾਦ ਸੀ ਅਤੇ ਆਪਣਾ ਸੀ ਮਿਰਚਾਂ, ਉਹ ਸਾਰੇ ਫਿਰ ਜਿਸ ਤਰ੍ਹਾਂ ਹਿੱਸੇ ਆਉਂਦੀਆਂ ਇਹਨਾਂ ਨੇ ਵੰਡ ਵੁੰਡ ਲੈਣੀਆਂ, ਵੇਚ ਕੇ ਗੁਜ਼ਾਰਾ ਕਰਦੇ ਸੀ। ਹਾਂ, ਇੱਕ ਸਾਲ ਫਿਰ ਅਲਾਟਮੈਂਟ ਹੋ ਗਈ। ਠੀਕ ਹੈ। ਪੱਕੀ ਅਲਾਟਮੈਂਟ ਕਿੱਥੋਂ ਦੀ ਹੋਈ ਹੈ? ਸਰਾਵਾਂ ਦੀ। ਸਰਾਵਾਂ ਬਹੁਤ। ਹਾਂ, 1950 ਦੇ ਵਿੱਚ ਹੀ ਮੇਰਾ ਖਿਆਲ। ਫਿਰ ਅਸੀਂ ਵਿੱਚੋਂ ਅਸੀਂ ਉੱਥੇ ਵੀ ਰਹੇ ਹਾਂ ਪੱਟੀ। ਅੱਛਾ। ਮੇਰੀ ਭੂਆ ਜੀ ਦੀ ਸੀਗਾ ਉੱਥੇ ਘਰ, ਪੱਟੀ ਰਹੇ ਅਸੀਂ ਕੁਛ ਚਿਰ, ਫਿਰ ਉੱਥੋਂ ਬਾਅਦ ਪੱਕੀ ਅਲਾਟਮੈਂਟ ਹੋ ਗਈ ਅਤੇ ਸਰਾਵਾਂ ਬੋਦਲੇ ਆ ਗਏ। 47 ਦੀ ਵੰਡ ਹੋਈ ਹੈ ਅਤੇ 1950 ਦੇ ਵਿੱਚ ਤੁਸੀਂ ਸਰਾਵਾਂ ਆਏ ਹੋ। ਹਾਂ, ਮੇਰਾ ਖਿਆਲ 2-3 ਸਾਲ ਆ ਜਿਹੜਾ ਉਹ ਸਫ਼ਰਾਂ 'ਚ ਇੱਧਰ ਉੱਧਰ ਹੀ ਫਿਰਦੇ ਰਹੇ, ਸਫ਼ਰਾਂ 'ਚ ਹੀ ਗੁਜ਼ਰਿਆ। ਜਦੋਂ ਫਿਰ ਉਹ ਮਿਲੀ ਅਲਾਟਮੈਂਟ ਹੋਈ ਤਾਂ ਹੀ ਉਹ ਆ ਕੇ ਫਿਰ ਬੈਠੇ, ਉਹ ਬੋਦਲਿਆਂ ਵਾਲਾ ਘਰ ਉਹ ਅਲਾਟ ਹੋਇਆ ਸਾਨੂੰ ਸਰਾਵਾਂ ਦੇ ਵਿੱਚ। ਸਰਾਵਾਂ ਦੇ ਵਿੱਚ ਜਿਹੜੀ ਬੋਦਲਿਆਂ ਦੀ ਹਵੇਲੀ ਸੀ ਉਹ ਜੈਲਦਾਰਾਂ ਦੇ ਪਰਿਵਾਰ ਨੂੰ ਅਲਾਟ ਹੋਈ। ਹਾਂ। ਓਕੇ। ਬਹੁਤ ਸੋਹਣੀ ਸੀ, ਬੜਾ ਸੋਹਣਾ ਸੈਂਟਰ 'ਚ ਇੱਕ ਥੜਾ ਬਣਿਆ ਸੀ, ਉੱਥੇ ਫੁੱਲ ਬੂਟੇ ਲੱਗੇ ਹੋਏ ਸੀਗੇ। ਠੀਕ ਹੈ। ਹਾਂ। ਅਤੇ ਅੰਡੇ ਉਸ ਟਾਈਮ ਦਾ ਸਰਾਵਾਂ ਬੋਦਲਾਂ ਪਿੰਡ ਕਿੱਡਾ ਕੁ ਵੱਡਾ ਸੀ? ਪਿੰਡ ਦਾ ਬੇਟੇ ਬਹੁਤ ਵੱਡਾ ਸੀਗਾ। ਠੀਕ ਹੈ। ਹਾਂ, ਬਹੁਤ ਵੱਡਾ ਸੀ, ਵੱਡੀਆਂ ਵੱਡੀਆਂ ਹਵੇਲੀਆਂ ਉੱਧਰ, ਪਰ ਹਰਚੋਕਿਆਂ ਵਾਲੇ ਰਹਿੰਦੇ, ਇੱਧਰ ਲਖਣੇ ਕਿਆਂ ਵਾਲੇ, ਆਪਣੇ ਪ੍ਰੀਤਮ ਬਹੁਤ ਮਸ਼ਹੂਰ ਸੀਗਾ। ਠੀਕ ਹੈ। ਅਤੇ ਟਰੱਕ ਸੀਗੇ ਇਹਨਾਂ ਦੇ, ਪਿਆਰ ਜੋਗਿੰਦਰ, ਤਿੰਨ ਭਰਾ ਸੀਗੇ। ਅੱਛਾ। ਹਾਂ, ਜਿਹੜੇ ਇੱਥੇ ਸਰਾਵਾਂ ਰਹਿੰਦੇ, ਸਰਾਵਾਂ ਲਖਣੇਕਿਆਂ ਦੇ ਘਰ। ਠੀਕ ਹੈ। ਇੱਧਰ ਇੱਧਰਲੇ ਪਾਸੇ ਘਰ ਸੀ ਨਾ, ਜੇ ਪਿੰਡ 'ਚ ਖੜ ਕੇ ਵੇਖੀਏ ਤਾਂ ਖੱਬੇ ਪਾਸੇ ਨੂੰ ਫਿਰ ਪਰਾਂ ਤੱਕ ਫੈਲਿਆ ਸੀ, ਇੱਧਰ ਵੀ ਹਸਪਤਾਲਾਂ ਦੇ ਰਾਹ ਤੱਕ ਕਾਫੀ ਵੱਡਾ ਪਿੰਡ ਸੀਗਾ, ਸ਼ੁਰੂ ਤੋਂ ਹੀ ਵੱਡਾ ਰਿਹਾ ਪਿੰਡ। ਹਾਂਜੀ ਹਾਂਜੀ। ਓਕੇ। ਹਾਂ। ਤੇ ਅੰਡੀ ਜਦੋਂ ਵੰਡ ਤੋਂ ਪਹਿਲਾਂ ਤੁਸੀਂ ਉੱਥੇ ਰਾਜਾ ਜੰਗ ਦੇ ਕੁਝ ਪਰਿਵਾਰਾਂ ਨੂੰ ਜਾਣਦੇ ਹੋਗੇ?
ਬੇਟੇ ਮੈਂ ਛੋਟੀ ਸੀ ਨਾ, ਠੀਕ ਹੈ, ਹਾਂ ਪਰਿਵਾਰਾਂ ਨੂੰ ਮੈਂ ਨਹੀਂ ਜਾਣਦੀ, ਜਿਹੜੇ ਫਿਰ ਸਰਾਵੀ ਆ ਕੇ ਬੈਠੇ ਨੇ ਉਹਨਾਂ ਨੂੰ ਵੀ ਫਿਰ ਜਾਣਦੀ ਸੀ, ਠੀਕ ਹੈ, ਜਿਵੇਂ ਇੱਕ ਸੋਹਣ ਡੀ ਐਸ ਪੀ ਆਏ ਹੋਏ ਆ ਸਾਡੇ ਪਿੰਡ ਦਾ, ਅੱਛਾ, ਤੇ ਉਹ ਉਹਨਾਂ ਦੇ ਨਾਲ ਹੀ ਸੀ ਕਾਫੀ ਸਾਡਾ ਸਹਿਚਾਰ, ਸਾਰਿਆਂ ਦਾ ਹੀ ਭਾਈਚਾਰਾ ਸੀਗਾ ਫਿਰ, ਠੀਕ ਹੈ, ਪਰ ਐਂ ਜਿਵੇਂ ਜਾਣਾ ਉਹ ਸਾਡਾ ਹੀ ਘਰ ਸੀ, ਜਿਵੇਂ ਲਖਵਿੰਦਰ ਹੋਣੀ ਨੇ, ਮਹਿੰਦਰ ਸਿੰਘ ਹੋਣੀ, ਸੱਤ ਉਹਦੇ ਵਿੱਚ ਉਹ ਵੀ ਰਹਿੰਦੇ ਸੀ, ਛੇ ਉਹ 'ਚ, ਠੀਕ ਹੈ, ਹਾਂ ਸਾਡੀ ਇੱਕ ਫੈਮਿਲੀ ਸੀਗੀ ਵੱਡੇ, ਮੇਰੇ ਪੜਦਾਦਾ ਜੀ ਅਤੇ ਉਹਨਾਂ ਦੇ ਪੜਦਾਦਾ ਜੀ ਭਰਾ ਸੀਗੇ, ਅੱਛਾ, ਹਾਂ ਠੀਕ ਹੈ, ਹਾਂਜੀ, ਅਤੇ ਆਂਟੀ ਤੁਸੀਂ ਉਸ ਤੋਂ ਬਾਅਦ ਆਪਣੇ ਕੋਈ ਸਫ਼ਰ ਬਾਰੇ ਦੱਸੋ, ਜਿਸ ਤਰ੍ਹਾਂ ਤੁਸੀਂ ਐਮ ਪੀ ਤੱਕ ਦਾ ਸਫ਼ਰ ਤੈਅ ਕੀਤਾ। ਬਸ ਬੇਟੇ ਫਿਰ ਤਾਂ ਮੈਂ ਪੜ੍ਹਨ ਲੱਗ ਗਈ, ਪਹਿਲਾਂ ਤਾਂ ਪਿੰਡ ਦੇ ਵਿੱਚ ਸਕੂਲ ਕੁੜੀਆਂ ਦਾ ਹੈ ਨਹੀਂ ਸੀ, ਪੜ੍ਹਾਈ ਤੁਸੀਂ ਇੱਥੇ ਹੀ ਆ ਕੇ ਸ਼ੁਰੂ ਕੀਤੀ ਫਿਰ? ਨਹੀਂ ਪੱਟੀ ਮੈਂ ਗਈ ਹਾਂ ਸਾਲ ਕੁ, ਠੀਕ ਹੈ, ਪੱਟੀ ਰਹੇ ਹਾਂ ਜਦ, ਠੀਕ ਹੈ, ਫਿਰ ਇੱਥੇ ਆ ਗਏ, ਇੱਥੇ ਸਕੂਲ ਹੈ ਨਹੀਂ ਸੀਗਾ ਕੁੜੀਆਂ ਦਾ, ਮੁੰਡਿਆਂ ਦੇ ਸਕੂਲ 'ਚ ਜਾਂਦੇ ਰਹੇ ਸਾਲ ਕੁ, ਫਿਰ ਜਦ ਨੂੰ ਕੁੜੀਆਂ ਦਾ ਸਕੂਲ ਹੋ ਗਿਆ, ਪਹਿਲਾਂ ਤਾਂ ਗੁਰਦੁਆਰੇ ਵਿੱਚ ਹੀ ਪੜ੍ਹਾਉਂਦੇ ਸੀ ਬਾਬਾ ਜੀ, ਅੱਛਾ, ਉੱਥੇ ਪਾਠ ਪੁੱਠ ਸਿੱਖਿਆ, ਠੀਕ ਹੈ, ਅਤੇ ਫਿਰ ਸਕੂਲ ਬਣ ਗਿਆ, ਪੰਜ ਜਮਾਤਾਂ ਉੱਥੋਂ ਕੀਤੀਆਂ, ਅੱਛਾ, ਤਿੰਨ ਜਮਾਤਾਂ ਫੇਰ ਕੀਤੀਆਂ ਮੁੰਡਿਆਂ ਦੇ ਸਕੂਲ 'ਚ, ਉਦੋਂ ਅੱਠਵੀਂ ਜਮਾਤ ਦਾ ਹੀ ਤੱਕ ਸੀਗਾ, ਠੀਕ ਹੈ, ਫਿਰ ਮੈਂ ਉੱਥੇ ਰਹੇ ਮੁਕਤਸਰ ਸਾਹਿਬ, ਮੇਰੇ ਮਦਰ ਬ੍ਰਦਰ ਮੇਰੇ ਵੀ ਪੜ੍ਹਦੇ ਸੀ ਉੱਥੇ, ਤਾਇਆ ਜੀ ਦਾ ਬੇਟਾ ਵੀ ਅਤੇ ਮੇਰਾ ਬ੍ਰਦਰ ਵੀ ਮੁਕਤਸਰ ਕਾਲਜ ਵਿੱਚ, ਠੀਕ, ਉੱਥੇ ਫਿਰ ਅਸੀਂ ਰਹਿ ਕੇ ਮੈਂ ਨੌਵੀਂ ਜਮਾਤ ਕੀਤੀ, ਫਿਰ ਦਸਵੀਂ ਜਮਾਤ ਸਕੂਲ ਅਬੋਹਰ ਦੇ ਵਿੱਚ ਹਾਈ ਸਕੂਲ ਗੌਰਮੈਂਟ ਦਾ ਸੀ, ਦਸਵੀਂ ਉੱਥੇ ਕੀਤੀ, ਠੀਕ ਹੈ, ਜਦ ਨੂੰ ਫਿਰ ਗਿਆ ਉਦੋਂ ਹੁੰਦੀ ਸੀ ਬੀ ਏ ਫਸਟ ਈਅਰ ਸੈਕਿੰਡ ਈਅਰ, ਬੀ ਏ ਫਸਟ ਈਅਰ 'ਚ ਉੱਥੇ ਦਾਖਲਾ ਲਿਆ ਫਿਰੋਜ਼ਪੁਰ ਦੇਵ ਸਮਾਜ ਕਾਲਜ, ਠੀਕ ਹੈ, ਉੱਥੋਂ ਬੀ ਏ ਕੀਤੀ ਅਤੇ ਬੀ ਏ ਤੋਂ ਬਾਅਦ ਫਿਰ ਬੀ ਐਡ ਵੀ ਉੱਥੋਂ ਕੀਤੀ ਫਿਰੋਜ਼ਪੁਰ ਤੋਂ, ਹਾਂਜੀ ਹਾਂਜੀ 65 ਦੇ ਵਿੱਚ ਮੈਂ ਉੱਥੋਂ ਕੀਤੀ ਬੀ ਐਡ, ਓਕੇ, ਫਿਰ 67 'ਚ ਮੇਰਾ ਵਿਆਹ ਹੋ ਗਿਆ, ਠੀਕ ਹੈ, ਹਾਂਜੀ, ਅਤੇ ਫਿਰ ਆਂਟੀ ਦੇਖੋ ਤੁਹਾਡਾ ਪਰਿਵਾਰਕ ਪਿਛੋਕੜ ਤਾਂ ਨਹੀਂ ਸੀ ਕੋਈ ਇੱਧਰ ਰਾਜਨੀਤੀ ਵੱਲ ਨੂੰ ਜਿਸ ਤਰ੍ਹਾਂ ਤੁਸੀਂ ਐਮ ਪੀ? ਬੇਟੇ ਮੇਰਾ ਬ੍ਰਦਰ ਸੀਗਾ, ਠੀਕ ਹੈ, ਬਾਦਲ ਸਾਹਿਬ 'ਤੇ ਬਹੁਤ ਨੇੜੇ ਸੀ, ਅੱਛਾ, ਬਾਦਲ ਸਾਹਿਬ ਹੁਣੇ ਜਿਵੇਂ ਇੱਦਾਂ ਹੀ ਘਰ ਆਉਂਦੇ ਸੀ ਜਿਵੇਂ ਆਮ ਬੰਦੇ ਆਉਂਦੇ ਨੇ, ਉਸ ਵੇਲੇ ਕੋਈ ਇਹਨਾਂ ਦੀ ਵੀ ਐਡੀ ਸੇ ਨਹੀਂ ਸੀ ਬਾਦਲ ਪਰਿਵਾਰ ਦੀ ਵੀ, ਠੀਕ ਹੈ, ਅਤੇ ਬਸ ਸਿੰਪਲ ਜਿਹਾ ਹੀ ਸੀਗੇ, ਡਾਇਰੈਕਟਰ ਦੇ ਇਲੈਕਸ਼ਨ ਇਕੱਠੇ ਲੜੇ ਨੇ, ਅੱਛਾ, ਮੇਰੇ ਬ੍ਰਦਰ ਨੇ ਅਤੇ ਬਾਦਲ ਸਾਹਿਬ ਨੇ, ਉਹਨਾਂ ਦਾ ਪੋਲੀਟਿਕਸ 'ਚ ਬਹੁਤ ਸੀ, ਓਕੇ, ਅਤੇ ਮੇਰਾ ਤਾਂ ਬਹੁਤ ਕਿ ਛੋਟੀ ਸੀ ਪੜ੍ਹਦੀ ਸੀ, ਫਿਰ ਵਿਆਹ ਹੋ ਗਿਆ, ਅਤੇ ਪਰ ਅੱਗੋਂ ਇਹਨਾਂ ਨੂੰ ਮੇਰੇ ਹਸਬੈਂਡ ਨੂੰ ਵੀ ਪੋਲੀਟਿਕਸ ਬਹੁਤ ਚੰਗੀ ਲੱਗਦੀ ਸੀ, ਠੀਕ ਹੈ, ਜਿਵੇਂ ਮੇਰੇ ਬ੍ਰਦਰ ਨੂੰ ਕਹਿਣਾ ਭਾਅ ਜੀ ਤੁਸੀਂ ਇਲੈਕਸ਼ਨ ਲੜੋ ਮੈਂ 10,000 ਦਊਂਗਾ, ਉਸ ਵੇਲੇ ਦਾ 10,000 ਸੋ ਉਹਨਾਂ ਦੇ ਫਿਰ ਜਦੋਂ ਫਿਰ ਹੌਲੀ ਹੌਲੀ ਤਾਂ ਪਤਾ ਨਹੀਂ ਉਹ ਰੱਬ ਨੇ ਜੋ ਲਿਖਿਆ ਹੁੰਦਾ ਕਿਸਮਤ 'ਚ ਉਹੀ ਮਿਲਦਾ, ਫਿਰ ਕਿਸ ਤਰ੍ਹਾਂ ਉਹ ਰਹੇ ਪੋਲੀਟਿਕਸ ਵਿੱਚ ਅਤੇ ਸੰਤਾਂ ਨਾਲ ਨੇੜਤਾ ਹੋ ਗਈ ਭਿੰਡਰਾਂ ਵਾਲਿਆਂ ਨਾਲ, ਠੀਕ ਹੈ, ਹਾਂ ਜਿੱਥੇ ਵੀ ਵੇਖਣਾ ਸੰਤਾਂ ਨੇ ਉੱਥੇ ਕਹਿਣਾ ਪ੍ਰੋਫੈਸਰ ਉਰੇ ਆ ਵੀ ਇੰਨਾ ਉਹ ਕਰਦੇ ਸੀਗੇ, ਅੱਛਾ, ਅਤੇ ਫਿਰ ਜਦ ਇਹ ਇਲੈਕਸ਼ਨ ਆਪਣੇ ਤਾਂ ਸੀਗਾ ਗਵਰਨਰ ਹੀ ਰੂਲ ਹੀ, ਤਾਂ ਫਿਰ ਇਲੈਕਸ਼ਨ ਡਿਕਲੇਅਰ ਹੋ ਗਏ, ਠੀਕ ਹੈ, ਅਤੇ ਆਪਣੇ ਬਾਬਾ ਜੀ ਜੋਗਿੰਦਰ ਸਿੰਘ ਹੋਣੀ ਅਤੇ ਇਹ ਸਾਰੇ ਜਣੇ ਸ਼ਹਿਰੋਂ ਨਾਰ ਤੇਜਵੰਤ ਸਿੰਘ ਨਾਰੰਗਵਾਲ ਰਸੂਰ ਸਿੰਘ ਖਾਲਸਾ ਇਹ ਸਾਰੇ ਜਣੇ ਆ ਗਏ ਵੀ ਅਸੀਂ ਤੁਹਾਨੂੰ ਇਲੈਕਸ਼ਨ ਲੜਾਉਣਾ, ਮੈਂ ਕਿਹਾ ਮੈਂ ਤਾਂ ਇਲੈਕਸ਼ਨ ਵੀ ਕਿਵੇਂ ਲੜ ਸਕਦੀ ਹਾਂ ਵੀ ਮੈਂ ਤਾਂ ਇੱਕ ਸਿੰਪਲ ਰੋਟੀਆਂ ਪਕਾਉਣ ਵਾਲੀ ਹਾਂ, ਮੈਂ ਪੜ੍ਹ ਕੇ ਵੀ ਨਾ ਨੌਕਰੀ ਕਰਾਈ ਅੱਗੇ ਨਾ ਪਿੱਛੇ ਅਤੇ ਇਹ ਇੰਪੋਸੀਬਲ, ਫਿਰ ਨਹੀਂ ਕਹਿੰਦੇ ਤੁਸੀਂ ਜਾਓ ਸਰਾਵਾਂ, ਫਿਰ ਅਸੀਂ ਰਾਤੋ ਰਾਤ ਸਰਮੈਂ ਮੇਰੇ ਬ੍ਰਦਰ ਇੱਥੇ ਸੀਗੇ ਭਤੀਜਾ ਮੇਰਾ ਉੱਥੇ ਸੀ, ਫਿਰ ਅਸੀਂ ਗਏ ਉੱਥੇ ਰਾਤੋ ਰਾਤ, ਤਾਂ ਫਿਰ ਉਹ ਕਹਿੰਦੇ ਵੀ ਨਹੀਂ ਵੀ ਚੱਲ ਪੁਲਿਸ 'ਤੇ ਤਾਂ ਸ਼ਰਧਾ ਤੋਂ ਤਾਂ ਬਚਾਂਗੇ ਨਹੀਂ ਜਿੱਤਾਂਗੇ ਤਾਂ ਨਾ ਸਹੀ, ਫਿਰ ਕਹਿੰਦੀ ਹਾਂ ਕਰਤੀ, ਫਿਰ ਵੀ ਜਦੋਂ ਪੇਪਰ ਭਰ ਦਿੱਤੇ, ਠੀਕ ਹੈ, ਲਾਸਟ ਮੂਮੈਂਟ 'ਤੇ ਵੀ ਕਹਿੰਦੇ ਵੀ ਨਹੀਂ, ਮੈਂ ਕਿਹਾ ਮੈਂ ਨਹੀਂ ਮੈਂ ਲੜਨਾ ਇਲੈਕਸ਼ਨ, ਕਿਉਂਕਿ ਉਹ ਧਮਕੀਆਂ ਆ ਰਹੀਆਂ ਸੀ ਖਾੜਕੂਆਂ ਦੀਆਂ ਵੀ, ਸਮਝਦੇ ਤਾਂ ਹੈ ਨਹੀਂ ਸੀ ਗੱਲ ਨੂੰ, ਅਤੇ ਮੈਂ ਕਿਹਾ ਮੈਂ ਨਹੀਂ ਲੜਨਾ, ਲਾਸਟ ਮੂਮੈਂਟ 'ਤੇ ਫਿਰ ਮੇਰਾ ਬੇਟਾ ਅਤੇ ਮੇਰਾ ਦਿਓਰ ਉਹ ਕਹਿੰਦੇ ਤੁਸੀਂ ਕਰੋ ਸਾਈਨ, ਲੜਨਾ ਹੈ ਇਲੈਕਸ਼ਨ, ਓਕੇ, ਹਾਂ ਬਸ ਇੱਦਾਂ ਹੋ ਗਿਆ। ਫਿਰ ਜਦੋਂ ਅਸੀਂ ਜਦੋਂ ਗੁਰਦੁਆਰੇ ਤੋਂ ਆਏ ਸੀ ਨਾ ਇੱਧਰ ਕਚਹਿਰੀ ਵੱਲ ਜੀ, ਤਾਂ ਬਹੁਤ ਥੋੜ੍ਹੇ ਲੋਕ ਸੀ ਨਾਲ, ਅੱਛਾ, ਅਤੇ ਪੇਪਰ ਭਰ ਕੇ ਆਏ ਜਦੋਂ, ਹਾਂਜੀ,
ਭਰਨ ਜਾ ਰਹੇ ਸੀ। ਠੀਕ ਹੈ। ਇੱਥੇ ਇੱਕ ਸਰਦੂਲ ਸਿੰਘ ਬੜੂੰਦੀ ਹੁੰਦਾ ਸੀਗਾ। ਅੱਛਾ ਜੀ। ਉਹ ਤੇਜਵੰਤ ਨੂੰ ਕਹਿੰਦਾ ਹੈ ਜਥੇਦਾਰਾ ਕਿੱਥੋਂ ਕਿਸੋਂ ਰਾਤ ਰਾਤੋਂ ਹੀ ਆ ਦਲ ਕੱਢ ਦਿੱਤਾ। ਜਦੋਂ ਅਸੀਂ ਪੇਪਰ ਭਰ ਕੇ ਆਏ ਤਾਂ ਫਿਰ ਤਾਂ ਦੁਨੀਆਂ ਆਇਆ ਕੀੜਿਆਂ ਵਾਂਗ ਚਿੰਬੜ ਗਈ। ਉੱਥੇ ਪੈਸਿਆਂ ਦਾ ਵੀ ਢੇਰ ਲਾ ਤਾ ਲੋਕਾਂ ਨੇ ਇਲੈਕਸ਼ਨ ਕਚਹਿਰੀਆਂ ਦੇ ਵਿੱਚ ਥੱਲੇ ਹੀ। ਹਾਂ, ਸੋ ਇਸ ਤਰ੍ਹਾਂ ਦੀ ਇਹ ਕਹਾਣੀ ਹੋਈ ਇਲੈਕਸ਼ਨ ਦੀ। ਇਲੈਕਸ਼ਨ ਫਿਰ ਉਹ ਜਿਹੜੀ ਸੀ ਨਾ ਇਹੋ ਜਿਹੀ ਕਦੀ ਨਹੀਂ ਹੋਈ ਨਾ ਹੋਣੀ, ਕਿਉਂਕਿ ਸਾਰਾ ਹੀ ਦੁਨੀਆ ਮਗਰ ਮੋਟਰਸਾਈਕਲ ਮੂਹਰੇ ਹਜ਼ਾਰਾਂ ਦੀ ਤਾਦਾਦ ਵਿੱਚ ਪਿੱਛੇ ਗੱਡੀਆਂ ਦੇ ਕਾਫਲੇ 'ਚ ਤਾਂ ਸੀ। ਉਸ ਪੜਾਅ 'ਤੇ ਪਹੁੰਚਦੇ ਵੀ ਨਹੀਂ ਸੀ ਬੋਲ ਕੇ ਜਦੋਂ ਅਜੇ ਕਾਫਲਾ ਬਹੁਤ ਦੂਰ ਤੱਕ ਅੱਗੇ ਪਹੁੰਚ ਜਾਂਦਾ ਸੀ। ਫਿਰ ਬਸ ਚਲੋ ਜੀ ਇਲੈਕਸ਼ਨ ਦਾ ਦਿਨ ਆ ਗਿਆ। ਇਲੈਕਸ਼ਨ ਹੋਈ ਸਾਰੇ ਉਦੋਂ ਕਈ ਹੋਰ ਹਲਕੇ ਹੋਰ ਸੀਗੇ, ਜਗਰਾਓਂ ਸੀ, ਇੱਧਰ ਪਾਇਲ ਸੀ, ਫਿਰ ਬਦਲ ਬਦਲ ਗਏ ਨੇ ਹੁਣ। ਅਤੇ ਜਦੋਂ ਇਲੈਕਸ਼ਨ ਅਸੀਂ ਸ਼ਹਿਰ ਦੇ ਵਿੱਚੋਂ ਸਾਰਿਆਂ ਵਿੱਚੋਂ ਹਾਰ, ਜਿਹੜੇ ਪ੍ਰੋਫੈਸਰ ਸਾਹਿਬ ਦੇ ਦੋਸਤ ਸੀ ਕਹਿੰਦੇ ਤੁਸੀਂ ਬੇਇੱਜ਼ਤੀ ਕਰਵਾ ਦਿੱਤੀ ਨਾ, ਤੁਹਾਨੂੰ ਕਿਹਾ ਸੀ ਤੁਸੀਂ ਨਾ ਲੜੋ ਇਲੈਕਸ਼ਨ। ਅਤੇ ਇੱਦਾਂ ਜਿਸ ਗਾਂਹ ਗਏ ਜਗਰਾਓਂ, ਪਾਇਲ, ਇੱਧਰ ਸਮਰਾਲਾ, ਖੰਨਾ, ਫਿਰ ਤਾਂ ਬਸ ਜਿੱਤਦੇ ਇੰਨਾ 1,34,000 ਵੋਟ 'ਤੇ ਮੈਂ ਜਿੱਤੀ ਸੀ। ਅੱਛਾ, ਉਹ ਰਿਕਾਰਡ ਹੈ ਅੱਜ ਤੱਕ ਕਿਸੇ ਨੇ ਕਿਸੇ ਤੋਂ ਟੁੱਟਿਆ, ਤੋੜਨਾ ਵੀ ਨਹੀਂ। ਓਕੇ, ਕਿ ਉਹ ਵੇਵ ਬਣਨੀ ਹੀ ਨਹੀਂ। ਹਾਂ, ਸੋ ਇਹ ਕ੍ਰੈਡਿਟ ਤਾਂ ਮੇਰੇ ਹਸਬੈਂਡ ਨੂੰ ਹੀ ਜਾਂਦਾ ਹੈ, ਉਹਨਾਂ ਦੀ ਕੁਰਬਾਨੀ ਦਾ। ਓਕੇ, ਲੋਕਾਂ ਨੇ 70-70 ਸਾਲ ਦੇ ਬਜ਼ੁਰਗ ਵਿਚਾਰੇ ਮੇਰੇ ਪੈਰਾਂ 'ਤੇ ਹੱਥ ਲਾਉਣਾ। ਅੱਛਾ, ਬੀਬੀ ਤੈਨੂੰ ਨਹੀਂ ਲਾਉਂਦੇ, ਤੇਰੀ ਕੁਰਬਾਨੀ ਨੂੰ ਲਾਉਣੇ। ਓਕੇ, ਹਾਂ, ਇੰਨੀ ਰਿਸਪੈਕਟ ਦਿੱਤੀ ਨਾ ਲੋਕਾਂ ਨੇ, ਸੋਚ ਵੀ ਨਹੀਂ ਸਕਦੇ। ਓਕੇ, 89 ਦੇ ਵਿੱਚ ਹੀ ਬਸ ਫਿਰ ਉਹਨਾਂ ਦਾ ਵੀ ਇਹਨਾਂ ਨੇ ਫਾਲਸ ਇਨਕਾਊਂਟਰ ਕਰ ਦਿੱਤਾ ਲੁਧਿਆਣਾ ਪੁਲਿਸ ਨੇ। ਅੱਛਾ, 26 ਜਨਵਰੀ 1999 ਨੂੰ। ਓਕੇ, ਹਾਂ, ਤੇ ਇਲੈਕਸ਼ਨ 88 ਚ ਹੋਈ ਕਿ ਨਹੀਂ? ਨਹੀਂ, ਇਲੈਕਸ਼ਨ ਹੋਈ ਹੈ 27 ਨਵੰਬਰ 1999। ਨਵੰਬਰ ਦਾ ਵਿਆਹ ਬੇਟੀ ਦਾ। ਠੀਕ ਹੈ। ਤੇ 27 ਨਵੰਬਰ ਨੂੰ ਸੀ ਇਲੈਕਸ਼ਨ, ਉਦੋਂ ਹੀ 27 ਨੂੰ ਫਿਰ ਡਿਕਲੇਅਰ ਉੱਥੇ ਹੀ ਕਰ ਦਿੰਦੇ ਸੀ ਨਾ ਉਦੋਂ ਤਾਂ। ਇਸ ਤੋਂ ਪਹਿਲਾਂ ਤੁਸੀਂ ਰਾਜਾ ਜੰਗ ਵੇਖਿਆ ਤੇ ਵੰਡ ਤੋਂ ਬਾਅਦ ਤੁਸੀਂ ਦੁਬਾਰਾ ਫਿਰ ਜਾ ਕੇ ਆਏ ਹੋ, ਤੇ ਕਿੰਨਾ ਕੁ ਤੁਹਾਨੂੰ ਫਰਕ ਲੱਗਿਆ ਉਸ ਚੀਜ਼ ਦੇ ਵਿੱਚ? ਬਹੁਤ ਫਰਕ ਲੱਗਿਆ। ਇੱਕ ਤਾਂ ਲੋਕ ਬਹੁਤ ਗਰੀਬੀ ਵੱਲ ਨੂੰ, ਫਿਰ ਜਿਵੇਂ ਹੁਣ ਸਾਡੇ ਘਰ ਦੀਆਂ ਹੀ ਦੋ ਪਾਸੇ ਛੱਤ, ਇੱਕ ਇੱਦਾਂ ਇਸ ਘਰ ਦੀ ਵੀ ਛੱਤ ਡਿੱਗੀ ਹੋਈ ਆ, ਉੱਧਰਲੇ ਵੀ ਜਿਹੜਾ ਵੱਡਾ ਘਰ ਸੀਗਾ 35 ਕਮਰੇ ਜਿਹਦੇ ਸੀਗੇ 3-3 ਮੰਜ਼ਿਲਾਂ, ਉਹਦੀ ਵੀ ਛੱਤ ਇੱਕ ਪਾਸੇ ਡਿੱਗੀ ਹੋਈ ਸੀ। ਠੀਕ ਹੈ। ਅਤੇ ਉਹਦੇ ਵਿੱਚ ਜਿਹੜਾ ਬਾਜ਼ਾਰ ਸੀਗਾ ਉੱਥੇ ਟੰਗੇ ਹੋਏ ਸੀ ਗਾਵਾਂ, ਬੱਚੜੇ ਮਾਰ ਕੇ ਇੱਦਾਂ ਲਟਕ ਰਹੇ ਸੀਗੇ। ਅੱਛਾ, ਬਹੁਤ ਡਿਫਰੈਂਸ ਸੀ, ਕਿੱਥੇ ਸਾਫ਼ ਸੁਥਰਾ ਸੀ ਉਵੇਂ ਜਿਵੇਂ ਹੁੰਦਾ ਇੱਦਾਂ ਸੀ। ਗਰੀਬੀ ਜਿਸ ਤਰ੍ਹਾਂ ਵੰਡ ਹੋਈ ਆ, ਉਧਰੋਂ ਲੋਕ ਉੱਜੜ ਕੇ ਇੱਧਰ ਆਏ ਆ, ਇੱਧਰ ਆ ਕੇ ਲੋਕ ਫਿਰ ਪੈਰਾਂ ਸਿਰ ਹੋ ਗਏ, ਇੱਧਰੋਂ ਲੋਕ ਉੱਧਰ ਗਏ ਆ, ਤੇ ਮਿਲਿਆ ਤਾਂ ਲੋਕਾਂ ਨੂੰ ਉੱਧਰ ਜਾ ਕੇ ਵੀ ਆ, ਉੱਧਰ ਤਾਂ ਜ਼ਿਆਦਾ ਮਿਲਿਆ, ਜ਼ਿਆਦਾ ਮਿਲਿਆ, ਕਿਉਂਕਿ ਸਾਨੂੰ ਮਿਲਿਆ 33%। ਹਾਂਜੀ, ਉਹਨਾਂ ਨੂੰ ਮਿਲਿਆ ਫੁੱਲ ਤੋਂ ਵੀ ਜ਼ਿਆਦਾ, ਕਿਉਂ ਉੱਧਰ ਅਸੀਂ ਬਹੁਤ ਕੁਛ ਛੱਡ ਕੇ ਆਏ ਆ। ਪਤਾ ਨਹੀਂ, ਫਿਰ ਜਿਹੜੇ ਚੰਗੇ ਘਰ ਨੇ ਉਹ ਤਾਂ ਚੰਗੇ ਹੀ ਨੇ। ਹਾਂਜੀ, ਲਾਹੌਰ ਦੇ ਵਿੱਚ ਅਸੀਂ ਰਹੇ ਉਹਨਾਂ ਦੇ ਘਰੇ, ਉਹਨਾਂ ਦੀ ਤਾਂ ਕਾਫੀ 1,000 ਏਕੜ ਜ਼ਮੀਨ ਹੈ। ਠੀਕ ਹੈ। 7 ਭਰਾ ਨੇ ਉਹ। ਅੱਛਾ, ਹਾਂ, ਬੋਦਲੇ ਅਸਲਮ ਹੋਣੀ। ਠੀਕ ਹੈ, ਜਿਹੜੇ ਇੱਥੋਂ ਬੋਦਲਾਂ ਸਰਾਵਾਂ ਬੋਦਲਾਂ ਤੋਂ ਗਏ, ਸਰਾਵਾਂ ਬੋਦਲਾਂ ਤੋਂ ਗਏ ਨੇ ਜਿਹੜੇ। ਠੀਕ ਹੈ। ਜਿਹੜੇ ਉਹਨਾਂ ਦੀ ਅੰਮੀ ਜੀ ਨਾ, ਉਹਦਾ ਜਿਹੜਾ ਬਾਗ ਹੈ ਸਰਾਵਾਂ ਉਹਦਾ ਉੱਜੜ ਗਿਆ, ਉੱਥੇ ਬੜਾ ਸੋਹਣਾ ਬਾਗ ਹੁੰਦਾ ਸੀਗਾ, ਤੇ ਨਿੰਮੇ ਹੋਣੀ ਉਹਨੂੰ ਉਹ ਜ਼ਮੀਨ ਆਈ ਹੋਈ ਹੈ। ਅੱਛਾ, ਤੇ ਉੱਥੇ ਅੰਮੀ ਜੀ ਦਾ ਮੰਗਣਾ ਹੋਇਆ ਸੀਗਾ। ਠੀਕ ਹੈ। ਜਿੱਥੇ ਬਾਗ ਸੀ, ਹਾਂ ਬਾਗ ਆਪਣੇ ਸਰਾਵੀ ਬਹੁਤ ਵੱਡਾ ਬਾਗ ਸੀਗਾ। ਠੀਕ ਹੈ। ਤਾਂ ਮੈਨੂੰ ਲੱਗਦਾ ਪਟਪੁੜ ਦਿੱਤਾ ਹੋਣਾ। ਓਕੇ, ਹਾਂ, ਤੇ ਬਸ ਫਿਰ ਵਿਆਹ ਉੱਥੇ ਹੋਇਆ ਅੰਮੀ ਜੀ ਦਾ ਜਾ ਕੇ।
ਓਕੇ ਓਕੇ ਤੇ ਜਦੋਂ ਆਂਟੀ ਤੁਸੀਂ ਦੁਬਾਰਾ ਜਾ ਕੇ ਆਏ ਹੋ ਕੋਈ ਉਹ ਸਫ਼ਰ ਦੀ ਤੁਸੀਂ ਯਾਦ ਸਾਂਝੀ ਕਰਨੀ ਚਾਹੁੰਦੇ ਹੋ? ਹਾਂ ਉਹ ਸਫ਼ਰ ਬਹੁਤ ਵਧੀਆ ਸੀ, ਅਸੀਂ ਉਹਨਾਂ ਦੇ ਘਰ ਬੋਦਲਿਆਂ ਦੇ ਚਲੇ ਗਏ, ਬੋਦਲੇ ਵੀ ਨਾਟੀ ਨੇ ਲੱਭੇ। ਅੱਛਾ, ਕਿਉਂਕਿ ਉਹ ਬੋਦਲੇ ਨਾ ਜਦੋਂ ਜਥਾ ਜਾਂਦਾ ਸੀ ਨਾ ਇੱਧਰੋਂ, ਠੀਕ ਹੈ, ਤੇ ਉਦੋਂ ਉਹ ਪੁੱਛਦੇ ਸੀ ਵੀ ਕੋਈ ਸਰਾਵਾਂ ਦਾ ਬੰਦਾ ਹੈਗਾ। ਅੱਛਾ, ਇੰਨੇ ਉਹ ਸੀਗੇ ਉਹਨਾਂ ਨੂੰ, ਫਿਰ ਨਾਟੀ ਹੀ ਮਿਲਿਆ ਉਹਨਾਂ ਨੂੰ। ਠੀਕ ਹੈ, ਤੇ ਨਾਟੀ ਤੋਂ ਐਡਰੈਸ ਲੈ ਲੂ ਕੇ ਅਸੀਂ ਕੀਤਾ ਫੋਨ। ਠੀਕ ਹੈ, ਤੇ ਜਦੋਂ ਅਸੀਂ ਗਏ ਤਾਂ ਪਹਿਲਾਂ ਮੈਂ ਆਪਦਾ ਕਾਰਡ ਦਿਖਾਇਆ, ਮੈਂ ਕਿਹਾ ਅਸੀਂ ਵੀ ਉੱਥੇ ਨਹੀਂ ਰਹਿਣਾ ਥੱਲੇ, ਤੇ ਵੀ ਸਾਨੂੰ ਇਹਨਾਂ ਦਾ ਘਰ ਹੀ ਨਾ ਲੱਭਿਆ ਆਪ ਦਾ ਹੁਣਾਂ ਦਾ, ਵੀ ਉਹ ਨਾ ਇਹਨਾਂ ਨੂੰ ਫੋਨ ਹੋਵੇ ਚੱਜ ਨਾਲ। ਚੱਲ ਫਿਰ ਅਸੀਂ ਉਹ ਹੋਟਲ 'ਚ ਰਹੇ ਇੱਕ ਰਾਤ ਦਾ। ਅੱਛਾ, ਦੂਜੇ ਦਿਨ ਮੈਂ ਅਸੀਂ ਸਵੇਰੇ ਕਿਹਾ ਵੀ ਸਾਨੂੰ ਨਹੀਂ ਪਤਾ ਲੱਗਦਾ, ਤੁਸੀਂ ਆ ਕੇ ਲੈ ਜਾਓ। ਫਿਰ ਆਪਦੀ ਵਾਈਫ ਤੋਂ ਉਹਦਾ ਬੇਟਾ ਆਏ ਤਾਂ ਫਿਰ ਉਹ ਸਾਨੂੰ ਲੈ ਗਏ ਆਪਦੇ ਘਰ, ਫਿਰ ਉੱਥੇ ਸਾਨੂੰ ਉਹਨਾਂ ਨੇ ਰੱਖਿਆ। ਅਸੀਂ ਜਿੰਨੇ ਦਿਨ ਵੀ ਰਹੇ ਹਾਂ, 8-10 ਕੁ ਦਿਨ ਜਥੇ ਦੇ ਹੁੰਦੇ ਨੇ, ਹਾਂਜੀ, ਸਾਰਾ ਮਤਲਬ ਸ਼ਹਿਰ ਘੁਮਾਇਆ। ਨਨਕਾਣਾ ਸਾਹਿਬ ਅਸੀਂ ਉੱਥੇ ਗਏ, ਤੇ ਪਹਿਲਾਂ ਇੱਥੋਂ ਸ਼ੁਰੂ ਰਾਏਵਿੰਡ, ਲਾਹੌਰ ਤੋਂ ਰਾਏਵਿੰਡ ਰਾਜਾ ਜੰਗ, ਉੱਥੋਂ ਫਿਰ ਮੁੜ ਕੇ ਇੱਧਰ ਨਨਕਾਣਾ ਸਾਹਿਬ। ਠੀਕ ਹੈ, ਤੇ ਫਿਰ ਅਸੀਂ ਰਾਤ ਉੱਥੇ ਲੈਲਪੁਰ ਵੀ ਗਏ ਉੱਥੇ। ਓਕੇ, ਹਾਂ, ਫੈਸਲਾਬਾਦ ਕਹਿੰਦੇ, ਫੈਸਲਾਬਾਦ, ਹਾਂਜੀ, ਉਹ ਆਪਣੀਆਂ ਜ਼ਮੀਨਾਂ ਵੇਖੀਆਂ। ਫਿਰ ਅਸੀਂ ਰਾਤ ਵਾਹਵਾ ਹਨੇਰੇ ਹੋਈ ਮੀਆਂ ਚੰਨੂ ਪਹੁੰਚੇ। ਠੀਕ ਹੈ, ਫਿਰ ਉਹਨਾਂ ਨੇ ਸਾਡਾ ਬਹੁਤ ਆਦਰ ਮਾਣ ਉੱਥੇ ਵੀ ਕੀਤਾ। ਓਕੇ, ਫਿਰ ਅਸੀਂ ਵਾਪਸ ਲਾਹੌਰ ਆ ਗਏ। ਠੀਕ ਹੈ, ਮੇਰੀ ਬੇਟੀ ਸੀ, ਮੇਰੀ ਡਾਟਰ ਇਨ ਲਾਅ ਤੇ ਮੇਰੀ ਪੋਤੀ ਤੇ ਦੋਤੀ, ਠੀਕ ਹੈ, ਮੈਂ 5 ਜਣੇ ਅਸੀਂ ਗਈਆਂ। ਓਕੇ, ਅਸੀਂ ਐਂ ਜਿੱਥੇ ਉਹਨਾਂ ਦੇ ਆਬਦ ਅਸਲਮ ਦੇ ਉਹਨਾਂ ਦਾ ਐਂ ਸੀ ਵੀ ਕੋਈ ਬੱਚਾ ਮੂੰਹ ਗੱਲ ਕੱਢੇ ਸਹੀ, ਉਸੇ ਵੇਲੇ ਉਹਨਾਂ ਨੇ ਚੀਜ਼ ਹਾਜ਼ਰ ਕਰ, ਜੋ ਚੀਜ਼ ਮੰਗ ਲਈ। ਹਾਂ, ਇੰਨੇ ਚੰਗੇ ਇਨਸਾਨ ਨਾ ਵੀ ਕੋਈ ਅੰਤ ਹੀ ਨਹੀਂ ਗਾ। ਅੱਛਾ, ਹਾਂ, ਬਹੁਤ ਹੀ ਜ਼ਿਆਦੇ ਆਦਰ ਸਤਿਕਾਰ ਤਾਂ ਵੇਖਿਆ ਜੀ, ਬਹੁਤ ਕਰਦੇ ਆ ਲੋਕ, ਪਰ ਇਹਨਾਂ ਦਾ ਤਾਂ ਮਿਸਾਲ ਹੀ ਵੱਖਰੀ ਹੈ ਨਾ। ਅੱਛਾ, ਹੁਣ ਮੇਰੇ ਸਨ ਇਨ ਲਾਅ ਦਾ ਇੱਕ ਫਰੈਂਡ ਗਿਆ ਸੀ ਉੱਥੇ, ਤੇ ਉਹਨਾਂ ਨੂੰ ਅਸਲਮ ਨੂੰ ਕਿਹਾ ਵੀ ਉਹ ਆ ਰਿਹਾ, ਤੇ ਉਹ ਰਿਹਾ ਤਾਂ ਇੱਕ ਅੱਧਾ ਦਿਨ ਹੀ ਹੈ, ਪਰ ਉਹਨੇ ਇੰਨੀ ਸੇਵਾ ਕੀਤੀ, ਕਹਿੰਦਾ ਮੈਂ ਦੁਨੀਆ ਦੇ ਕੋਈ ਬੰਦਾ ਹੀ ਨਹੀਂ ਇੰਨਾ ਵਰਗਾ, ਇੰਨੇ ਉਹ ਚੰਗੇ ਲੋਕ ਨੇ। ਓਕੇ, ਹਾਂ, ਤੇ ਆਂਟੀ ਜੀ ਲਾਸਟ ਦੇ ਵਿੱਚ ਥੋੜਾ ਦੱਸੋ ਵੀ ਜਿਹੜਾ ਜੈਲਦਾਰ ਸਾਹਿਬ ਦਾ ਪਰਿਵਾਰ ਆ ਹੁਣ ਕਿੱਥੇ ਕਿੱਥੇ ਬੈਠਾ ਹੋਇਆ? ਅੱਛਾ, ਉਹ ਹੁਣ ਜੈਲਦਾਰ ਸਾਹਿਬ ਦਾ ਜਿਹੜਾ ਪਰਿਵਾਰ ਹੈ, ਜਿਵੇਂ ਮੇਰੇ ਫਾਦਰ ਦਾ ਪਰਿਵਾਰ ਤਾਂ ਇੱਥੇ ਸਾਹਨੇਵਾਲ ਹੀ ਹੈ। ਠੀਕ ਹੈ, ਤੇ ਇੱਕ ਮੇਰਾ ਭਰਾ ਦੇ ਉਹ ਬੱਚੇ ਉੱਥੇ ਹੈਗੇ ਨੇ ਸਰਾਵਾਂ ਬੋਦਲਾਂ, ਠੀਕ ਹੈ, ਜਗਦੀਪ ਦੇ ਸੁੱਖ, ਠੀਕ ਹੈ, ਹਾਂ, ਉਹ ਉੱਥੇ ਰਹਿ ਗਏ ਨੇ ਸਰਾਵੀ, ਬਾਕੀ ਕੁਛ ਚੰਡੀਗੜ੍ਹ ਵੀ ਨੇ, ਮੋਹਾਲੀ, ਠੀਕ ਹੈ, ਹਾਂ, ਇੱਧਰ ਜ਼ੀਰਕਪੁਰ, ਇੱਧਰ ਖਿੰਡ ਗਿਆ ਪਰਿਵਾਰ, ਜ਼ਮੀਨ ਜਾਇਦਾਦ ਤਾਂ ਹੈਗੀ ਹੈ ਜੇ ਉੱਥੇ, ਉਹੀ ਹੈ ਪਿੰਡ ਹੀ, ਕਿਸੇ ਨੇ ਵੇਚੀ ਨਹੀਂ। ਹਾਂ, ਅੱਛਾ, ਹਾਂ, ਤੇ ਵੈਸੇ ਆਪੋ ਆਪਣੇ ਕਾਰੋਬਾਰ ਕਰਕੇ ਉਸੇ ਹਿਸਾਬ ਨਾਲ ਅਲੱਗ ਅਲੱਗ ਥਾਵਾਂ ਦਾ ਸਾਰਾ ਘਰ ਨੇ ਉੱਥੇ, ਬੜੇ ਸੋਹਣੇ ਪਾਏ ਹੋਏ ਸਰਾਵਾਂ, ਸਰਾਵਾਂ, ਹਾਂ, ਖੇਤਾਂ 'ਚ, ਠੀਕ ਹੈ, ਪਹਿਲਾਂ ਇਹ ਸਾਡਾ ਘਰ ਆਉਂਦਾ ਜਗਦੀਪ ਹੋਣਾ ਦਾ, ਹਾਂਜੀ, ਭਾਜੀ ਜਰਮੇਸ਼ ਸਿੰਘ ਸੀਗਾ ਸੱਚ। ਮੇਨ ਤਾਂ ਇਹ ਹੈ ਵੀ ਵੱਡੀ ਕੰਟਰੀਬਿਊਸ਼ਨ ਮੇਰੇ ਪਰਿਵਾਰ ਦੀ ਇਹ ਆ, ਜਿਹੜਾ ਸਕੂਲ ਟੀਚਰ ਸੀਗੇ, ਇੱਕ ਤਾਂ ਇੱਕ ਮੇਰਾ ਕਜ਼ਨ ਉਹ ਹਰਪ੍ਰੀਤ ਦਾ ਫਾਦਰ ਗੋਪਾਲ ਸਿੰਘ, ਉਹ ਇੱਕ ਉਹਦੀ ਵਾਈਫ, ਇਹ ਦੋਵੇਂ ਟੀਚਰ ਸੀ। ਠੀਕ ਹੈ, ਇੱਕ ਮੇਰਾ ਭਰਾ ਜਨਮੇਜ ਸਿੰਘ, ਇਹ ਵੀ ਟੀਚਰ ਸੀ, ਇੱਕ ਮੇਰਾ ਬ੍ਰਦਰ ਸਰਦਾਰ ਰਘਵੀਰ ਸਿੰਘ, ਤਾਇਆ ਜੀ ਦਾ ਬੇਟਾ, ਇਹ ਹੈਡ ਮਾਸਟਰ ਸੀ। ਠੀਕ ਹੈ, ਜੋ ਅੱਜ ਇਹ ਹੈ ਨਾ ਵੱਡੇ ਵੱਡੇ ਅਫਸਰ ਸਭ ਮੇਰੇ ਉਹ ਕਜ਼ਨ ਦੀ ਦੇਣ ਹੈ। ਓਕੇ, ਹਾਂ, ਤੇ ਉਹਦਾ ਨਾਂ ਸਰਦਾਰ ਰਘਵੀਰ ਸਿੰਘ ਸੀਗਾ, ਹੈਡ ਮਾਸਟਰ ਰਹੇ ਨੇ ਸਰਾਵਾਂ ਹਾਈ ਸਕੂਲ 'ਚ। ਅੱਛਾ, ਹਾਂ, ਸੋ ਜਿਹੜਾ ਇਹ ਪਿੰਡ ਸਰਾਵਾਂ ਦਾ ਸਾਡਾ, ਇਹ ਅੱਜ ਵੀ ਜਿੰਨੇ ਵੱਡੇ ਵੱਡੇ ਡਾਕਟਰ ਇੰਜੀਨੀਅਰ ਵੀ ਸਾਰੇ ਵੀ ਬਹੁਤ ਵੱਡੇ ਵੱਡੇ ਅਫਸਰ ਨੇ, ਤੇ ਫਿਰ ਮੈਂ ਵੀ ਉਸ ਪਿੰਡ ਦੀ ਧੀ ਮੈਂਬਰ ਪਾਰਲੀਮੈਂਟ ਬਣੀ ਹਾਂ। ਬਿਲਕੁਲ ਜੀ, ਹਾਂ, ਤੇ ਬਾਕੀ ਵੈਸੇ ਵੀ ਜੇ ਰਾਜਾ ਜੰਗ ਦੀ ਵੀ ਗੱਲ ਕਰੀਏ ਤਾਂ ਰਾਜਾ ਜੰਗ ਦਾ ਜਿਹੜਾ ਪਿਛੋਕੜ ਚੱਲਦਾ ਆਉਂਦਾ ਹੈ ਉਹ ਵੀ ਪੜ੍ਹੇ ਲਿਖੇ ਤੋਂ ਹੀ ਆਉਂਦਾ ਹੈ, ਕਿ ਉੱਥੇ ਵੀ ਲੋਕ ਅਫਸਰ ਰੈਂਕ ਦੇ ਤੇ ਜ਼ਿਆਦਾ ਪੜ੍ਹੇ ਲਿਖੇ ਸੀ। ਹਾਂਜੀ, ਹਾਂਜੀ, ਉੱਥੋਂ ਪਿਛੋਕੜ ਤੋਂ ਹੀ ਚੱਲਦੀ ਆਉਂਦੀ ਹੈ ਇਹ ਚੀਜ਼। ਬਿਲਕੁਲ ਜੀ, 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 ਹੁਣ ਜੇ ਵੇਖਿਆ ਜਾਵੇ ਅਕਸਰ ਤਾਂ ਮੇਰੇ ਦਾਦਾ ਜੀ ਵੀ ਇੱਕ ਪੋਲੀਟੀਸ਼ੀਅਨ ਹੀ ਸੀ। ਹਾਂਜੀ, ਹਾਂ, ਬਿਲਕੁਲ, ਸਾਰਾ ਹੋਰ ਵੀ ਤਾਂ ਰਾਏ ਜੰਗ ਐਡਾ ਵੱਸਦਾ ਸੀ, ਤੇ ਹੋ ਸਕਦਾ ਕਿਸੇ 'ਚ ਪੈਸੇ ਵਿਚਾਰ ਵੱਧ ਹੋਣ, ਪਰ ਉਹਨਾਂ ਨੇ ਉਹਨਾਂ ਨੂੰ ਹੀ ਚੁਣਿਆ, ਵੇਖਿਆ ਅੰਗਰੇਜ਼ਾਂ ਨੇ ਵੀ ਇਹ ਕਾਬਲ ਹੈ ਇਸ, ਹਾਂ, ਤਾਂ ਹੀ ਉਸ ਚੀਜ਼ ਦਾ ਅਹੁਦਾ ਦਿੱਤਾ ਜਾਂ ਡਿਊਟੀ ਦਿੱਤੀ ਹੈ। ਹਾਂ, ਤੇ ਤੁਹਾਨੂੰ ਮੈਂ ਇੱਕ ਗੱਲ ਸੁਣਾਉਣੀ, ਉੱਥੇ ਇੱਕ ਮੁੰਡਾ ਸੀਗਾ 15-16 ਸਾਲਾਂ ਦਾ, ਵੇਖੋ,
18 20 ਦਾ ਹੋਊਗਾ ਉਹ ਕਹਿੰਦਾ ਹੈ ਵੀ ਬਾਪੂ ਜੀ ਦੀ ਗੱਲ ਜਦ ਕਰਦੇ ਜ਼ੈਲਦਾਰ ਸਾਹਿਬ ਦੀ ਤੇ ਉਹ ਕਹਿੰਦੇ ਵੀ ਜ਼ੈਲਦਾਰ ਸਾਹਿਬ ਬੜਾ ਨਿਆਂ ਪਸੰਦ ਸੀਗਾ ਕਹਿੰਦੇ ਉਹ ਸਜ਼ਾ ਜ਼ਰੂਰ ਦਿੰਦਾ ਸੀ ਜੇ ਕਿਸੇ ਕੋਲ ਪੈਸੇ ਨਹੀਂ ਸੀ ਤੇ ਪੈਸੇ ਵੀ ਆਪਦੇ ਕੋਲੋਂ ਭਰ ਦਿੰਦਾ ਸੀ ਜੇਬ ਚੋਂ ਦੇ ਦਿੰਦਾ ਹਾਂ ਜੇਬ ਤੋਂ ਦੇ ਦੇਣਾ ਪਰ ਸਜ਼ਾ ਜ਼ਰੂਰ ਦੇਣੀ ਠੀਕ ਹੈ ਵੈਸੇ ਮਾਫੀ ਨਹੀਂ ਸੀ ਹਾਂ ਬਹੁਤ ਹੀ ਵੱਖਰੀ ਕਿਸਮ ਦਾ ਉਹ ਇਨਸਾਨ ਸੀਗੇ ਤੇ ਇੱਕ ਆਂਟੀ ਜੀ ਉਹ ਦੱਸਦੇ ਹੁੰਦੇ ਆ ਬਜ਼ੁਰਗ ਇੱਕ ਦੋ ਨਾਲ ਮੇਰੀ ਅੱਗੇ ਵੀ ਗੱਲਬਾਤ ਹੋਈ ਹੈ ਕਿ ਪਿੰਡ ਦੇ ਵਿੱਚ ਕਹਿੰਦੇ ਕਿਸੇ ਨੂੰ ਘੋੜਾ ਵੀ ਸ਼ਾਇਦ ਉਹਨਾਂ ਨੇ ਗਿਫਟ ਕੀਤਾ ਸੀ ਪਿੰਡ ਦਾ ਜਵਾਈ ਸੀ ਮੈਂ ਨਹੀਂ ਸੀ ਸੁਣਿਆ ਪਰ ਪੜ੍ਹਿਆ ਹੈ ਮੈਂ ਵੀ ਜ਼ਰੂਰ ਮੈਨੂੰ ਇਹਦੇ ਬਾਰੇ ਬਹੁਤੀ ਨੌਲੇਜ ਨਹੀਂ ਗੀ ਓਕੇ ਨਹੀਂ ਆਦਰਮਾਨ ਤਾਂ ਕਰਦੇ ਹੀ ਸੀ ਜਵਾਈ ਦਾ ਕੁੜੀਆਂ ਦਾ ਹੋ ਸਕਦਾ ਸੱਚੀ ਗੱਲ ਹੀ ਹੋਣੀ ਹੈ ਇਹ ਹਾਂਜੀ ਝੂਠੀ ਤਾਂ ਨਹੀਂ ਬਣ ਸਕਦੀ ਹਾਂ ਕਹਿੰਦੇ ਵੀ ਕੋਈ ਪਿੰਡ ਦਾ ਜਵਾਈ ਉਹ ਤੁਰਿਆ ਆਉਂਦਾ ਸੀ ਪੈਦਲ ਤੇ ਉਹਨਾਂ ਨੂੰ ਉਹਨਾਂ ਨੇ ਘੋੜਾ ਗਿਫਟ ਕਰਤਾ ਸੀ ਸਾਡੇ ਨਾ ਪਾਕਿਸਤਾਨ 'ਚ ਪਿੱਛੇ ਘਰ ਜਿਹੜਾ ਦਿਖਾਇਆ ਤੁਹਾਨੂੰ ਉੱਪਰ 3 ਮੰਜ਼ਿਲਾਂ ਵਾਲਾ ਇਹਦੇ ਪਿੱਛੇ ਮਰਾਸੀ ਰਹਿੰਦੇ ਸੀ ਅੱਛਾ ਤੇ ਮੇਰੇ ਦਾਦਾ ਜੀ ਨੂੰ ਕਿਸੇ ਨੇ ਪੁੱਛਿਆ ਵੀ ਲੜਾਈ ਤਾਂ ਇੰਨੀ ਕਰਦੇ ਨੇ ਤੇ ਤੁਸੀਂ ਸੌਂਦੇ ਵੀ ਕਿਵੇਂ ਹੋ ਉਹ ਕਹਿੰਦੇ ਵੀ ਜਦੋਂ ਇਹ ਲੜਦੇ ਨੇ ਉਦੋਂ ਵੀ ਅਸੀਂ ਸੁਣ ਲੈਂਦੇ ਹਾਂ ਤੇ ਜਦੋਂ ਇਹ ਨੱਚਦੇ ਗਿੱਧਾ ਪਾਉਂਦੇ ਉਦੋਂ ਅਸੀਂ ਸੌ ਜਾਂਦੇ ਹਾਂ ਏਦਾਂ ਦਾ ਸੀ ਸੁਭਾਅ ਉਹਨਾਂ ਦਾ ਮੌਕੇ ਦੇ ਹਿਸਾਬ ਨਾਲ ਐਡਜਸਟਮੈਂਟ ਕਰ ਲੈਂਦੇ ਆ ਪਹਿਲਾਂ ਮੇਰੇ ਜਿਹੜੇ ਦੂਜੇ ਸੀ ਨਾ ਸਰਦਾਰ ਬਹਾਦਰ ਸਿੰਘ ਮੇਰੇ ਪੜਦਾਦੇ ਦਾ ਬ੍ਰਦਰ ਅੱਛਾ ਉਹਨਾਂ ਕੋਲ ਜ਼ੈਲਦਾਰੀ ਸੀ ਠੀਕ ਹੈ ਤੇ ਉਹਨਾਂ ਦੀ ਡੈਥ ਹੋ ਗਈ ਉਹਨਾਂ ਦਾ ਕੋਈ ਪਰਿਵਾਰ ਚੋਂ ਇੰਨਾ ਲਾਇਕ ਨਹੀਂ ਸੀ ਵੀ ਜਿਹੜਾ ਲੈ ਸਕਦਾ ਠੀਕ ਹੈ ਇਹ ਠੀਲਪੁਰ ਚਲੀ ਗਈ ਠੀਲਪੁਰ ਸੀ ਨਾਲ ਪਿੰਡ ਸਾਡਾ ਹਾਂਜੀ ਉੱਥੇ ਤੇ ਇਹ ਚਲੀ ਗਈ ਮੁਸਲਮਾਨਾਂ ਦੇ ਹੱਥ ਆ ਗਈ ਠੀਕ ਹੈ ਫਿਰ ਮੇਰੇ ਬਾਪੂ ਜੀ ਨੇ ਜ਼ੈਲਦਾਰ ਸਾਹਿਬ ਨੇ ਝਗੜਾ ਕਰਕੇ ਫਿਰ ਇਹ ਲਈ ਵੀ ਸਾਡੀ ਉਹ ਹੀ ਬਣਦੀ ਹੈ ਅੱਛਾ ਫਿਰ ਇਹ ਵਾਪਸ ਲਈ ਹੈ ਹਾਂਜੀ ਵਾਪਸ ਜਿਹੜੇ ਬਾਪੂ ਬਹਾਦਰ ਸਿੰਘ ਸੀ ਇਹ ਚਾਚਾ ਜੀ ਸੀ ਫਿਰ ਇਹ ਹਾਂ ਇਹਨਾਂ ਦੇ ਚਾਚਾ ਜੀ ਸੀ ਚਾਚਾ ਜੀ ਸੀ ਬਾਪੂ ਬਾਲ ਜੀ ਹਾਂਜੀ ਹਾਂਜੀ ਓਕੇ ਓਕੇ ਹਾਂ